मरदा मर्जी अब पग ते केस नहीं सुट्टो जाने चाहिए। हाय 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 गुरा ने समेल कीता सत श्री अकाल जी। मैं तुहाडा लखविंदर सिंह जी। अज मेरे चैनल ते मेरे चैनल सबसक्राइब कर दो, बेल आइकन का बटन दबा दो ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਰਵੇ। ਸੋ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਵੀਡੀਓ ਹੈ, ਸੌਂਗ ਦਾ ਨਾਮ ਹੈ ਪੱਗ ਟਰਬਨ, ਸਿੱਧੂ ਮੂਸੇਵਾਲੇ ਜੀ ਨੂੰ ਟ੍ਰਿਬਿਊਟ ਹੈ ਅਤੇ ਹਰਪ੍ਰੀਤ ਜਗਰਾਓਂ ਵੀਰ ਜੀ ਦਾ ਗਾਇਆ ਹੋਇਆ। ਆਓ ਦੇਖਣਾ ਕਰਦੇ ਹਾਂ ਕਿਹੋ ਜਿਹਾ ਹੋਣਾ ਕਰਦਾ ਇਹ ਸੌਂਗ, ਨਾਲ ਦੀ ਨਾਲ ਸੌਂਗ ਨੂੰ ਦੇਖਣਾ ਕਰਾਂਗੇ ਅਤੇ ਨਾਲ ਦੀ ਨਾਲ ਸੌਂਗ 'ਤੇ ਰਿਐਕਸ਼ਨ ਕਰਦੇ ਹਾਂ ਕਿਉਂਕਿ ਇਹ ਪੱਗ ਦੀ ਗੱਲ ਚੱਲੇਗੀ ਇਹਦੇ ਵਿੱਚ। ਦੇਖਣਾ ਕਰਦੇ ਕਿਹੋ ਜਿਹਾ ਹੁੰਦਾ ਹੈ, ਆਓ ਦੇਖਣਾ। सिंह ही जो जुल्मां दे अगे डट दे, लोड़ पै जे किलियां दी हिक चढ़ दे, बनियां मसाल पक जग दे अगे, फिक्के पैंदे ताज आप पक दे अगे, बनियां मसाल पक जग दे अगे, फिक्के पैंदे ताज आप पक दे अगे। सच्ची फिक्के पैंदे कई ताज इस पग दे अगे। हजारां बंदा खड़िया होवे ना यार, ते एक विच पगड़ी वाला खड़िया होवे ना, ते लग ही पहचान होंदी है कि पग वाले दी। एक वखरा स्वरूप देख के अगला सरदार जी कहिंदा, मोना बंदा तुरिया जावे उन्हूं कोई सरदार जी नहीं कहेगा, पर जे उही सिर ते पग बन्ह के तुरेगा ना, जे कोई एड्रैस पुछण वाला भी कहेगा सरदार जी गल सुने। सरदार दे ना इन्नी रिस्पैक्ट लगती है, जी लगता है, इन्नी कदर है साढ़े जो गुरु पातशाह जी ने सानू देन दिती है ना, बहुत सोहनी देन दिती है, तो इनू संभाल के रखना साडा फर्ज भी है। सो बहुत प्यारा बाई ने सौग, ऐ कला कह लिए सौग कई होंगे ने ना, सौग गा लेंगे ने, पर उन्हों का देख रेख पहरावा जोड़ा है ना वो अपना अलग हों, पर सौग के लिरिक्स कुछ होर ने, पर बाई के जे लिरिक्स जी भी योजे ने ना, तो वह साबत सूरज चेहरा भी सब कुछ बयान करता है यार, कि हाँ भी जे कला लिखा नहीं है प्रैक्टिकलिटी करके दिखाया भी है। आओ देखिए किरदार दिसदा, किरदार विचों नलवा सरदार दिसदा, धक्के लोकां नाल ना करे आप झले ना कदे, भाई भाजी रख दे ना मोड़ दे जादे, बनियां मसाल पक जग दे अगे, फिक्के पैंदे ताज आप पक दे अगे, बनियां मसाल पक जग दे अगे, फिक्के पैंदे ताज आप पक दे अगे। ਮਰਦਾ ਮਰਜੀ ਆ ਪੱਗ ਤੇ ਕੇਸ ਨਹੀਂ ਸਿੱਟੋ ਜਾਣੇ ਚਾਹੀਦੇ। ਗੁਰਾਂ ਨੇ ਸਮੇਲ ਕੀਤਾ ਸੰਤ ਸਿਪਾਹੀ ਦਾ, ਤਕੜੇ ਤੋਂ ਡਰੀਦਾ ਨੀ ਮਾੜਾ ਨੀ ਡਰਾਈਦਾ, ਡਰ ਡਰ ਡਰਨਾ ਹੈ ਮਨ ਕਾ ਸ਼ੋਰ, ਕਹਿੰਦੀ ਗੁਰਬਾਣੀ ਨਹੀਂ ਆਖਦਾ ਕੋਈ ਹੋਰ, ਹੋਰ ਨੇ ਸੁਆਦ ਸਾਰੇ ਫਿੱਕੇ ਦਾਬਦੇ, ਸੱਚ ਦੀ ਕਮਾਈ ਦੇ ਨਾ ਹੋਣ ਨਾਪ ਦੇ, ਗਰਜ ਦਾ ਜਦੋਂ ਗੋਡੇ ਵੈਰੀ ਟੇਕਦਾ, ਹੇੜਾਂ ਦੀ ਡਾਰ ਜਿਉਂ ਹੈ ਸ਼ੇਰ ਦੇ ਅੱਗੇ, ਉਹ ਬਣੀਆਂ ਮਸਾਲ ਪੱਕ ਜੱਗ ਦੇ ਅੱਗੇ, ਫਿੱਕੇ ਪੈਂਦੇ ਤਾਜ ਆਪ ਪੱਕ ਦੇ ਅੱਗੇ, ਬਣੀਆਂ ਮਸਾਲ ਪੱਕ ਜੱਗ ਦੇ ਅੱਗੇ, ਫਿੱਕੇ ਪੈਂਦੇ ਤਾਜ ਆਪ ਪੱਕ ਦੇ ਅੱਗੇ। ਜਦੋਂ ਬਾਰੇ ਪੁੱਤ ਚਾਰ ਮੋਏ ਭਾਵੇਂ ਚਾਰ ਪੈਦਾ ਹੋ ਗਏ ਨੇ ਹਜ਼ਾਰ, ਛੱਡ ਕੇ ਅਕਾਲ ਜਿਹੜਾ ਪੂਜੇ ਮੂਰਤਾਂ, ਪਾਉਣਾ ਕੀ ਅਚਾਰ ਉਹਨਾਂ ਦੀਆਂ ਸੂਰਤਾਂ, ਗਈ ਬਾਬਾ ਗਈ ਰਨ ਪਸਰ ਗਈ, ਪਰ ਤੂੰ ਵਤਨ ਤੇਰੀ ਕਿਰਪਾ ਜੇ ਹੋਈ, ਜਾਵੇ ਹੱਲਾ ਸੰਭਿਆ ਨਾ ਕਦੇ ਸ਼ੇਰ ਦਾ, ਘੜੀਆਂ ਦੀ
सुई जदों बारह बजदे बनिया मसाल पक जगदे अगे फिक्के पैंदे ताज आ पकदे अगे बनिया मसाल पक जगदे अगे फिक्के पैंदे ताज आ पकदे अगे दुनिया सारी अरमान कौकिया दी पक्की पग ना यारी पग लिया सिरा बटे जाने दुनिया कह गया सी जोगी अल्ला यार खामिया खामिया मिठुआ बैठे बन जाते चौधरा दे भुखे कतनी जाते आओ प्रीत जगराऊ रखे बटे हौसले गुराबे ना चुकता नी किसे दे अगे बनिया मसाल पग जग दे अगे फिके पेंदे ताज आ पग दे अगे बनिया मसाल पग जग दे अगे फिके पेंदे ताज ताइयो पग दे अगे ਇਹ ਸੀ ਜੀ ਸੌਂਗ ਅਤੇ ਸੱਚੀ ਸੌਂਗ ਬਹੁਤ ਪਿਆਰੇ ਲਿਰਿਕਸ ਅਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਗਾਇਆ ਹੋਇਆ ਗਾਣੇ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਕਿ ਇਹ ਜਿਹੜੀ ਸਾਨੂੰ ਗੁੜਤੀ ਮਿਲੀ ਹੈ ਨਾ ਸਾਨੂੰ ਅਣਖਾਂ ਦੀ ਮਿਲੀ ਹੋਈ ਹੈ ਸਾਡੇ ਗੁਰੂ ਸਾਹਿਬ ਜੀ ਨੇ ਇਸ ਪਗੜੀ ਇਕੱਲਾ ਪਹਿਰਾਵਾ ਨਹੀਂ ਸਾਨੂੰ ਦਿੱਤਾ ਨਾਲ ਅਣਖਾਂ ਵੀ ਪੈਦਾ ਕਰਕੇ ਦਿੱਤੀਆਂ ਯਾਰ ਅਤੇ ਸੱਚੀ ਅਣਖੀ ਬਣ ਕੇ ਰਹੋ ਕਿਸੇ ਨੇ ਬੜਾ ਵਧੀਆ ਗੱਲ ਕੀਤੀ ਕਹਿੰਦੇ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ 'ਚੋਂ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਮਿਲ ਗਈ ਅਣਖ ਦੀਵਾਰਾਂ 'ਚੋਂ ਕਹਿੰਦੇ ਅਣਖ ਜਿਹੜੀ ਹੈ ਨਾ ਬਾਜ਼ਾਰਾਂ 'ਚ ਮੁੱਲ ਨਹੀਂ ਮਿਲਦੀ ਉਹ ਕਹਿੰਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਾ ਕੇ ਦੇਖਿਆ ਅਤੇ ਅਣਖ ਦੀਵਾਰਾਂ ਦੇ ਵਿੱਚ ਲੱਗੀ ਪਈ ਸੂਬੇ ਦੇ ਸਾਹਮਣੇ 7 ਤੇ 9 ਸਾਲ ਦੀ ਅਣਖ ਸਾਹਿਬਜ਼ਾਦਾ ਜ਼ੋਰਾਵਰ ਅਤੇ ਫਤਿਹ ਸਿੰਘ ਸੱਚੀ ਯਾਰ ਉਹਨਾਂ ਵਰਗੀ ਜੇ ਸਾਡੇ ਗੁਰੂ ਸਾਹਿਬਾਨ ਜੀ ਨੇ 4 ਪੁੱਤ ਵਾਰੇ ਸੀ ਨਾ ਅਤੇ 4 ਪੁੱਤ ਵਾਰ ਕੇ ਉਹ ਕਹਿੰਦੇ ਮੇਰੇ ਆਹ ਹਜ਼ਾਰਾਂ ਪੁੱਤਰ ਨੇ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਕੀ ਹੋ ਗਿਆ ਮੇਰੇ 4 ਪੁੱਤ ਸ਼ਹੀਦ ਹੋ ਗਏ ਪਰ ਮੇਰੇ 1000 ਪੁੱਤ ਨੇ ਸੱਚ ਜਾਣਿਓ ਜੀ ਅਸੀਂ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੁੱਤ ਹਾਂ ਵਾਰਿਸ ਹਾਂ ਅਤੇ ਆਪਣੇ ਸਰੂਪ ਨੂੰ ਵੀ ਸੰਭਾਲ ਕੇ ਰੱਖੀਏ ਸਰਦਾਰ ਦੇ ਨਾਲ ਆਪਣੇ ਕਿਰਦਾਰ ਨੂੰ ਵੀ ਉੱਚਾ ਸੁੱਚਾ ਕਰੀਏ ਕਦੀ ਵੀ ਆ ਸਿਰ 'ਤੇ ਬੰਨ੍ਹ ਕੇ ਪੱਗ ਕਦੀ ਗਲਤ ਕਰਮ ਨਾ ਕਰੀਏ ਤੂੰ ਸੱਚ ਜਾਣਿਓ ਸਾਡੀ ਕੌਮ ਦੇ ਵਿੱਚ ਜਿੱਥੇ ਅਸੀਂ ਆਪਣੇ ਪਹਿਰਾਵੇ ਨੂੰ ਸੋਹਣਾ ਰੱਖਣਾ ਉੱਥੇ ਆਪਣੇ ਸਮੁੱਚੇ ਕਿਰਦਾਰ ਨੂੰ ਵੀ ਬੜਾ ਸੋਹਣਾ ਰੱਖਣਾ ਹੈ ਕਿਉਂਕਿ ਹਰੀ ਸਿੰਘ ਨਲੂਆ ਜੀ ਦਾ ਜੀਵਨ ਪੜ੍ਹ ਕੇ ਦੇਖੀਏ ਕਰੈਕਟਰ ਪੱਖ ਤੋਂ ਵੀ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਉੱਚਾ ਸੁੱਚਾ ਕਰਕੇ ਦਿਖਾਇਆ ਸੀ ਪਰ ਸਾਡੇ ਵਿੱਚ ਬੜੇ ਇਹੋ ਜਿਹੇ ਵੀ ਆਉਣਗੇ ਜਿਹੜੇ ਸਾਡੇ ਵਿਰਾਵਾ ਪਾ ਕੇ ਪੱਗਾਂ ਬੰਨ੍ਹ ਕੇ ਸਾਨੂੰ ਕਈ ਬਦਨਾਮ ਕਰਨ ਵਾਲੇ ਵੀ ਆਉਣਗੇ ਸੋ ਉਹਨਾਂ ਤੋਂ ਬਚ ਕੇ ਰਹਿਣਾ ਹੈ ਕਿਉਂਕਿ ਜਿਹਨੇ ਤਾਂ ਇਤਿਹਾਸ ਨੂੰ ਪੜ੍ਹਿਆ ਹੋਵੇਗਾ ਗੁਰਬਾਣੀ ਨੂੰ ਪੜ੍ਹਿਆ ਹੋਵੇਗਾ ਇਕੱਲੀ ਪਹਿਰਾਵਾ ਧਾਰਨ ਨਹੀਂ ਕੀਤਾ ਉਹਨੇ ਜੀਵਨ ਦੇ ਵਿੱਚ ਕੁਝ ਕਰਕੇ ਵੀ ਦੇਖਿਆ ਹੈ ਸੋ ਤੁਹਾਡੇ ਕਰਮ ਦੇ ਵਿੱਚੋਂ ਤੁਹਾਡਾ ਧਰਮ ਵੀ ਦਿਖਾਈ ਦੇਵੇ ਕਿਉਂਕਿ ਕਿਸੇ ਨੇ ਇੱਕ ਸਵਾਲ ਕੀਤਾ ਸੀ ਕਹਿੰਦੇ ਤੁਸੀਂ ਦਾੜੀ ਅਤੇ ਕੇਸ ਪੱਗ ਕਿਉਂ ਰੱਖਦੇ ਹੋ ਅਤੇ ਅਗਲੇ ਨੇ ਬੜਾ ਸੋਹਣੀਆ ਜਵਾਬ ਦਿੱਤਾ ਕਹਿੰਦਾ ਜਦੋਂ ਮੈਨੂੰ ਦੱਸਣਾ ਕਰ ਕਿ ਜਦੋਂ ਤੇਰੇ ਫਾਦਰ ਸਾਹਿਬ ਕਿਸੇ ਕਲਰ ਦੀ ਪੱਗ ਬੰਨ੍ਹਦੇ ਨੇ ਤੇਰੇ ਮਾਤਾ ਜੀ ਉਸੇ ਕਲਰ ਦਾ ਸੂਟ ਕਿਉਂ ਪਾਉਂਦੇ ਨੇ ਕਹਿੰਦੇ ਇਸ ਕਰਕੇ ਪਾਉਂਦੇ ਨੇ ਕਿ ਉਹ ਦੋਵੇਂ ਇੱਕ ਮੈਚਿੰਗ ਹੋ ਜਾਵੇ ਸੋਹਣੇ ਲੱਗੇ ਕਹਿੰਦੇ ਬਸ ਫਿਰ ਫਰਕ ਇੰਨਾ ਹੀ ਆ ਜਿਵੇਂ ਇੱਕ ਪਤੀ ਪਤਨੀ ਤੇਰੇ ਮਾਤਾ ਪਿਤਾ ਜਿਹੜੇ ਨੇ ਇਹ ਮੈਚਿੰਗ ਕਰਕੇ ਸੋਹਣੇ ਲੱਗਦੇ ਨੇ ਅਸੀਂ ਵੀ ਆ ਆਪਣੇ ਗੁਰੂ ਦੇ ਨਾਲ ਮੈਚਿੰਗ ਕਰਦੇ ਹਾਂ ਅਸੀਂ ਸੋਹਣੇ ਲੱਗੇ ਅਤੇ ਸਾਡੇ ਗੁਰੂ ਨੇ ਸਾਡੀ ਇਹੋ ਜਿਹੀ ਮੈਚਿੰਗ ਕਰਵਾਈ ਹੈ ਜਿਹੜੀ ਸਾਨੂੰ ਸੱਚੀ ਦੱਸਣਾ ਇਹ ਸਾਡਾ ਸਤਿਕਾਰ ਵੀ ਬਹੁਤ ਕਰਵਾਉਂਦੀ ਹੈ ਅਤੇ ਸਤਿਕਾਰ ਸਾਡੇ ਹੱਥ ਵਿੱਚ ਹੈ ਆਪ ਇਹਨੂੰ ਸੰਭਾਲ ਕੇ ਰੱਖਣਾ ਅਤੇ ਆਪਣੇ ਕਿਰਦਾਰ ਨੂੰ ਵੀ ਉੱਚਾ ਸੁੱਚਾ ਕਰਨਾ ਹੈ ਸੋ ਬਹੁਤ ਪਿਆਰਾ ਸੌਂਗ ਆਪ ਜੀ ਦੱਸਣਾ ਕਰਨਾ ਆਪ ਜੀ ਨੂੰ ਸੌਂਗ ਕਿਵੇਂ ਦਾ ਲੱਗਾ ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹੋ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ।